ਨੂੰ ਪਤਾ ਸੀ ਇੱਕ ਮਹੀਨਾ ਪਹਿਲਾਂ ਰਾਵਣ ਦੀ ਤਿਆਰੀ ਹੋਣ ਡੈਮ ਦੀ ਇੱਥੇ, ਜਦੋਂ ਪਤਾ ਸੀ ਕਿ ਇਹ ਜਗ੍ਹਾ ਰਾਵਣ ਵਾਸਤੇ ਸੇਫ ਨਹੀਂ ਆ ਤਾਂ ਰਾਵਣ ਕਿਉਂ ਬਣਾਉਂਦੀ? ਉਹਦਾ ਮਨਜ਼ੂਰੀ ਮਿਲੀ ਸੀ, ਮਨਜ਼ੂਰੀ ਮਿਲੀ ਸੀ, ਮਨਜ਼ੂਰੀ ਦੀ ਹੋਗੀ ਜੋ ਜਾਂ ਤਾਂ ਕੌਂਸਲਰ ਹੈ ਨੇ ਸਾਰੇ ਲੋਕ ਚੈਸ ਰੇਲਵੇ ਟ੍ਰੈਕ ਤੇ ਇਕੱਠਾ ਹੋ ਗਏ, ਇਸ ਲਈ ਸਾਰੇ ਲੋਕ ਇਕੱਠਾ ਇਸ ਲਈ ਹੋ ਗਏ ਕਿ ਹਮ ਲੋਕੋ ਕੀ ਵੀ ਕੁਛ ਬੇਵਕੂਫੀ ਹੈ। ਪਹਿਲੇ ਤੋਂ ਯਹਾਂ ਪਰ ਪ੍ਰਸ਼ਾਸਨ ਕੀ ਗਲਤੀ, ਦੂਸਰੀ ਗਲਤੀ ਯਹਾਂ ਪਰ ਸਰਕਾਰ ਕੀ, ਸਰਕਾਰ ਕੇ ਨੁਮਾਇੰਦੋ ਕੀ, ਜੋ ਆਜ ਰੋਟੀ ਸੇਕ ਰਹੇ ਆਪਣੀ, ਕਿ ਅਸੀਂ ਇਹ ਚੀਜ਼ ਦਾ ਨਵਜੋਤ ਕੌਰ ਜਿਹੜੀ ਆ ਮੇਰੀ ਕੁਛ ਨੀ ਲੱਗਦੀ, ਉਹਨੇ ਗਲਤੀ ਕੀਤੀ, ਉਹਨੇ ਪਰਮਿਸ਼ਨ ਦਿੱਤੀ ਜਿਹਨਾਂ ਨੇ ਇੱਥੇ ਰਾਵਣ ਬਣਾਉਣ ਦੀ, ਦੂਜੀ ਗਲਤੀ ਜੋ ਪਤਾ ਹੈ ਕਿ ਇੱਥੇ ਪਰਮਿਸ਼ਨ ਨਹੀਂ ਦੇਣੀ ਚਾਹੀਦੀ, ਇੱਕ ਮਹੀਨਾ ਪਹਿਲਾਂ ਵੀ ਵਿਰੋਧ ਕੀਤਾ ਜਾ ਸਕਦਾ, ਚਾਰ ਦਿਨ ਪਹਿਲਾਂ ਵਿਰੋਧ ਕੀਤਾ ਜਾ ਸਕਦਾ ਸੀ, ਪਰ ਅੱਜ ਵਿਰੋਧ ਕੀਤਾ ਗਿਆ ਜਦੋਂ ਇਹ ਸਾਰੇ ਲਾਸ਼ਾਂ ਵੇਚ ਚੁੱਕੀਆਂ, ਜਿਨ੍ਹਾਂ ਦੇ ਪਰਿਵਾਰ ਮੈਂਬਰ ਮਰ ਗਏ ਆ, ਉਹ ਨਿਊਜ਼ ਚੈਨਲ ਕੋਈ 60 ਕੋਈ 50 ਕੋਈ 40 ਕੋਈ ਪੱਕੀ ਰਿਪੋਰਟ ਨਹੀਂ ਨਿਊਜ਼ ਕੋਲ, ਸਿਰਫ ਆਪਣਾ ਬੋਲੀ ਜਾ ਰਿਹਾ। ਮੈਂ ਕਿਸੇ ਕੀ ਸਰਕਾਰ ਕੇ ਤਰਫ ਨਹੀਂ, ਜੋ ਮੇਰੇ ਮਨ ਕੀ ਭਾਵਨਾ ਮੈਂ ਵੋ ਬੋਲੂੰਗਾ, ਠੀਕ ਹੈ। ਆਪ ਮੀਡੀਆ ਵੀ ਯਹਾਂ ਪਰ ਰੋਟੀ ਸੇਕ ਰਹਾ ਹੈ, ਕੋਈ ਮੀਡੀਆ ਨੇ ਜੋ ਪਰੰਪਰਾ ਵਾ ਇੱਥੇ ਇੱਕ ਰਾਵਣ ਨੂੰ ਜਲਾਉਣ ਦੀ ਪਰੰਪਰਾ ਵਾ, ਕੀ ਉਹ ਬਦਲੀ ਨਹੀਂ ਜਾ ਸਕਦੀ? ਬਦਲੀ ਜਾ ਸਕਦੀ ਆ ਜੇ ਸਰਕਾਰ ਦੇ ਨੁਮਾਇੰਦੇ ਸੁਣਦੇ ਆ। ਪਹਿਲੀ ਤੇ ਗੱਲ, ਜਿਹੜਾ ਲੀਡਰ ਆ ਉਹਦੇ ਅੰਦਰ ਦਰਦ ਨਹੀਂ ਹੋਊਗਾ, ਜਿਹਦੇ ਅੰਦਰ ਦਰਦ ਹੋਊਗਾ ਲੀਡਰ ਨਹੀਂ ਹੋਊਗਾ। ਮਿਸਾਲ ਦਿੰਦਾ ਡਾਕਟਰੀ ਪੇਸ਼ੇ ਦੀ, ਕਿਉਂਕਿ ਡਾਕਟਰੀ ਪੇਸ਼ੇ ਕੋਲ ਭਾਵੇਂ 60 ਟੋਕਰਿਆਂ 'ਚ ਬੰਦਾ ਚਾਹੇ, ਉਹਦਾ ਦਿਲ ਨਹੀਂ ਡੋਲਦਾ ਸਾਡਾ ਡੋਲਦਾ, ਉਸੇ ਤਰ੍ਹਾਂ ਲੀਡਰ ਆ, ਇਹਨਾਂ ਦੇ ਅੰਦਰ ਕੋਈ ਦਰਦ ਨਹੀਂ ਆ, ਇਹ ਸਿਰਫ ਆਪਣੀਆਂ ਵੋਟਾਂ ਚਾਹੁੰਦੇ ਆ, ਤੇ ਆਪਾਂ ਸਾਰੇ ਲੋਕ ਬੇਵਕੂਫ ਜਿਹੜੇ ਇਹਨਾਂ ਦੇ ਪਿੱਛੇ ਲੱਗਦੇ ਆ। ਮੰਗ ਕੁਛ ਨਹੀਂ ਕਰਤਾ ਯਾਰ, ਮੇਰੀ ਮੰਗ ਕੁਛ ਨਹੀਂ ਹੈ। ਦੂਸਰੀ ਗਲਤੀ ਸਾਡੇ ਆਮ ਲੋਕਾਂ ਦੀ, ਜਿਹੜੇ ਰੇਲਵੇ ਟਰੈਕ ਤੇ ਆਣ ਕੇ ਬਹਿ ਗਏ, ਇਹਨਾਂ ਦਾ ਇੱਕ ਰਾਵਣ ਫੂਕਣ ਦੀ ਪਰੰਪਰਾ ਬਦਲੀ ਜਾ ਸਕਦੀ ਆ। ਸਾਡਾ ਕਾਨੂੰਨ ਕੋਈ ਇਹੋ ਜਿਹਾ ਕਾਨੂੰਨ ਬਣਾਇਆ ਜਾਵੇ ਕਿ ਰਾਵਣ ਪੰਜ ਫੁੱਟ ਦਾ ਕੀਤਾ ਜਾਵੇ, ਉਹਦੇ ਅੰਦਰ ਕੋਈ ਪਟਾਕਾ ਨਾ ਹੋਵੇ, ਕੋਈ ਸ਼ੋਰ ਸ਼ਰਾਬਾ ਨਾ ਹੋਵੇ। ਮੇਨ ਕਾਰਨ ਇੱਥੇ ਸ਼ੋਰ ਸ਼ਰਾਬੇ ਦਾ ਵੀ ਆ, ਜਿਹਦੇ ਨਾਲ ਲੋਕਾਂ ਨੂੰ ਟ੍ਰੇਨ ਦੀ ਆਵਾਜ਼ ਨਹੀਂ ਸੁਣੀ, ਗਲਤੀ ਕੁੱਲ ਮਿਲਾ ਕੇ ਹਰ ਕਿਸੇ ਦੀ ਆ। ਦੂਜੀ ਗੱਲ, ਇੱਥੇ ਹਿੰਦੂ ਤਖਤੇ ਦੇ ਹਿੰਦੂ ਪਰਿਵਾਰਾਂ ਦੇ ਵਿੱਚੋਂ ਹਿੰਦੂ ਧਰਮ ਦੇ ਵਿੱਚੋਂ ਕਈ ਲੋਕ ਹੋਣਗੇ ਜਿਹੜੇ ਕਹਿੰਦੇ ਆ ਕਿ ਰਾਵਣ, ਇੱਕ ਮਿੰਟ, ਜਿਹੜੇ ਕਹਿੰਦੇ ਆ ਕਿ ਇੱਕ ਮਿੰਟ ਯਾਰ, ਜਿਹੜੇ ਕਹਿੰਦੇ ਆ ਕਿ ਰਾਵਣ ਨੂੰ ਹਰ ਸਾਲ ਚਲਾਇਆ ਜਾਂਦਾ, ਤੁਸੀਂ ਮੈਨੂੰ ਕੋਈ ਵੀ ਦੱਸਦੇ, ਅਸੀਂ ਕਹਿੰਦੇ ਆ ਕਿ ਰਾਮ ਜੀ ਜਿੱਤ ਕੇ ਆਏ ਸੀ। ਦੇਖੋ ਇੱਕ ਮਿੰਟ, ਅਸੀਂ ਰਾਮ ਨੂੰ ਜੀ ਮੀਡੀਆ ਅੰਮ੍ਰਿਤਸਰ ਪਹਿਲਾਂ ਕਿ ਰਾਮ ਨੂੰ ਰਾਮ ਜੀ ਰਾਮ ਜੀ ਜਿੱਤ ਕੇ ਆਈ, ਆਪ ਹਿੰਦੂ ਰਾਮ ਜੀ ਜਿੱਤ ਕੇ ਆਈ, ਜੇ ਰਾਮ ਜੀ ਜਿੱਤ ਪਹਿਲਾਂ ਮੇਰੀ ਪੂਰੀ ਜੇ ਰਾਮ ਜੀ ਤੁਸੀਂ ਸਾਰੇ ਜਵਾਬ ਦੇ ਦਿਓ, ਜੇ ਰਾਮ ਜੀ ਜਿੱਤ ਕੇ ਆਏ ਸੀ ਤੇ ਫਿਰ ਹਰ ਸਾਲ ਰਾਵਣ ਨੂੰ ਕਿਉਂ ਫੂਕਿਆ ਜਾਂਦਾ? ਰਾਵਣ ਤਾਂ ਅੱਜ ਵੀ ਨਹੀਂ ਮਰਿਆ। ਇਹ ਗੱਲ ਦਾ ਤੁਸੀਂ ਆਮ ਲੋਕ ਵੀ ਜਵਾਬ ਦਿਓ ਮੇਰੀ ਇਸ ਗੱਲ ਦਾ। ਕੋਈ ਮੈਨੂੰ ਬਾਹ ਖੜੀ ਕਰਕੇ ਕਹਿੰਦੇ ਰਾਵਣ ਮਰਿਆ? ਕੋਈ ਰਾਵਣ ਨਹੀਂ ਮਰਿਆ। ਜੇ ਰਾਵਣ ਮਰਿਆ, ਰਾਮ ਜੀ ਜਿੱਤੇ ਆ, ਤੇ ਫਿਰ ਰਾਵਣ ਨੂੰ ਹਰ ਸਾਲ ਆ ਕੇ ਕਿਉਂ ਲਈ ਜਾਂਦੀ ਆ? ਪਰ ਰਾਵਣ ਅੱਜ ਵੀ ਜਿੰਦਾ, ਲੱਖਾਂ ਕਰੋੜਾਂ ਰੁਪਈਏ ਇੱਕ ਰਾਵਣ ਤੇ ਖਤਮ ਕਰ ਦਿੱਤੇ ਜਾਂਦੇ ਹਰ ਸਾਲ, ਠੀਕ ਹੈ ਜੀ। ਦੂਜੀ ਗੱਲ, ਪਰੰਪਰਾ ਨੂੰ ਅਸੀਂ ਬਦਲ ਵੀ ਸਕਦੇ ਹਾਂ, ਕੋਈ ਚੱਕਰ ਨਹੀਂ, ਬਦਲ ਸਕਦੇ ਹਾਂ, ਪਰ ਅਸੀਂ ਨਹੀਂ ਬਦਲਣਾ ਚਾਹੁੰਦੇ, ਕਿਉਂਕਿ ਆਪਾਂ ਸਾਰੇ ਲੋਕ ਕਹਿ ਰਹੇ ਹਾਂ ਮਾੜਾ ਹੋਇਆ ਮਾੜਾ ਹੋਇਆ, ਕਿਸੇ ਨਾਲ ਮਾੜਾ ਨਹੀਂ ਹੋਇਆ, ਨਾ ਮੇਰੇ ਨਾਲ ਹੋਇਆ, ਮੈਂ ਰਾਤ ਵੀ ਰੋਟੀ ਖਾਧੀ, ਹੁਣ ਜਾ ਕੇ ਵੀ ਖਾਣੀ ਆ। ਇੱਥੇ ਪ੍ਰਸ਼ਾਸਨ ਦੇ ਜਿੰਨੇ ਬੈਠੇ ਹੋਏ ਆ, ਮੀਡੀਆ ਵਾਲੇ, ਪੁਲਿਸ, ਕੋਈ ਵੀ ਬੈਠਾ, ਸਾਰੇ ਖਾ ਰਹੇ ਆ। ਮੰਤਰੀ ਕੋਈ ਜਾ ਕੇ ਉੱਥੇ ਬਲੱਡ ਦੀ ਬੋਤਲ ਨਹੀਂ ਦੇ ਰਿਹਾ, ਕੋਈ ਨਹੀਂ ਦੇ ਰਿਹਾ, ਨਾ ਤੁਸੀਂ ਕਹਿੰਦੇ ਆਪਾਂ ਆਪਣਾ ਫਰਜ਼ ਨਿਭਾ ਕੇ ਚੱਲ ਜਾਂਗੇ। ਮਰੇ ਆ ਜਿਨ੍ਹਾਂ ਦੇ, ਉਹਨਾਂ ਨੂੰ ਦਰਦ ਆ, ਕਿਸੇ ਨੂੰ ਕੋਈ ਦਰਦ ਨਹੀਂ। ਅਸੀਂ ਸਾਰੇ ਲੋਕ ਨਪੁੰਸਕ ਹੋ ਚੁੱਕੇ ਆ, ਕੋਈ ਬੋਲਦਾ ਨਹੀਂ। ਜੇ ਤਾਂ ਤੁਹਾਡੇ ਚੋਂ ਕੋਈ ਬੋਲਦਾ, ਜੇ ਕੋਈ ਮਰਦ ਹੈਗਾ ਵਾ ਨਾ, ਅੱਗੇ ਤੋਂ ਰਾਵਣ ਨੂੰ ਵਿਰੋਧ ਕਰੋ ਇਸ ਚੀਜ਼ ਦਾ ਕਿ ਰਾਵਣ ਨੂੰ ਬਦਲਿਆ ਜਾਵੇ। ਜੇ ਰਾਵਣ ਮਾਰ ਹੀ ਦਿੱਤਾ ਰਾਮ ਨੇ, ਤੇ ਫਿਰ ਬਾਰ ਬਾਰ ਹਰ ਸਾਲ ਕਿਉਂ ਫੂਕਦੇ ਉਹਨੂੰ? ਉਹਦੇ ਮਰ ਗਿਆ ਉਦੋਂ ਹਜ਼ਾਰਾਂ ਸਾਲ ਪਹਿਲਾਂ। ਲੋਕ ਰੋਟੀ ਤੋਂ ਮਰ ਰਹੇ ਆ, ਭੁੱਖ ਮਰੀ ਨਾਲ ਮਰ ਰਹੇ ਆ, ਬੇਰੁਜ਼ਗਾਰੀ ਨਾਲ ਮਰ ਰਹੇ ਆ, ਠੱਗੀ ਖੋਰੀ ਨਾਲ ਮਰ ਰਹੇ ਆ, ਪਰ ਅਸੀਂ ਨਹੀਂ ਬੋਲਦੇ।
ਅਸੀਂ ਲੱਗੇ ਆ ਕੀ ਹੈ ਪਹਿਲਾਂ ਨੀ ਡੱਕ ਸਕਦਾ ਬਿਕਰਮ ਸਿੰਘ ਮਜੀਠੀ ਆਣ ਕੇ ਕੋਈ ਵੀ ਮੰਤਰੀ ਆਣ ਕੇ ਕੀ ਹੈ ਜਗ੍ਹਾ ਸੇਫ ਨਹੀਂ ਹੈਗੀ ਬੋਲਿਆ ਕਰੋ ਯਾਰ।